नशे के खिलाफ पिंड वालिया ने मोर्चा लगाया होया है अते इस मोर्चे के तहत वह नशा तस्करां नूं नत्थ वी पा रहे ने। यह तस्वीर ने बठिंडा के पिंड कोट समीर दियां जिथे नशा रोकू कमेटी दे वलों पिंड दे विच 13 नाके लगाए गए ने जिस दे तहत उन्हां दे वलों नशा तस्करां नूं ठल पाई जा रही है। जिक्र योग है कि उन्हां दे वलों नाके लगा के चैकिंग भी की जा रही है ते बहुत सारे नशा तस्करां नूं नत्थ वी पा रहे ने। पिंड वासियां दा कहना है कि यह नाके लगातार पिंड दे विच पूरे पिंड के सहयोग के नाल लगाए जाते हैं जिसनों के महीने तो उपर का समा भी हो गया है। जिक्र योग है कि पिंड वासी अजिहे नाके लगा के अपने पिंड नू नशे तो बचा रहे हैं ता जो उन्हां दी नौजवान पीढ़ी का बचाव हो सके। ਬਠਿੰਡਾ ਤੋਂ ਅੱਜ ਦੀ ਆਵਾਜ਼ ਦੇ ਲਈ ਗੁਰਮੀਤ ਸਿੰਘ ਦੀ ਰਿਪੋਰਟ। ਬਾਪੂ ਜੀ ਕੀ ਨਾਮ ਹੈ ਤੁਹਾਡਾ? ਹਾਕਮ ਸਿੰਘ ਹੈ ਜੀ। ਕਿੰਨੀ ਉਮਰ ਹੋ ਗਈ ਤੁਹਾਡੀ? ਉਮਰ ਸਾਡੇ 71 ਸਾਲ ਹੋ ਗਈ। ਤੇ 71 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਸ ਟਾਈਮ ਜਿਹੜਾ ਸੜਕਾਂ ਤੇ ਆਏ ਬੈਠੇ ਹੋ, ਨਾਕੇ ਲਾਏ ਬੈਠੇ ਹੋ, ਕੀ ਤੁਹਾਨੂੰ ਕਿੰਨਾ ਕੁ ਦੁੱਖ ਹੈ ਜਿਹੜੀ ਜਵਾਨੀ ਦਾ? ਸੜਕਾਂ ਦੇ ਦੁੱਖ ਹੈ ਸਾਨੂੰ, ਸੜਕਾਂ ਤੇ ਆਉਣਾ ਪਿਆ, ਸਾਡੀ ਬੱਚੇ ਜਿਹੜੇ ਨਸ਼ੇ 'ਚ ਲੱਗ ਗਏ, ਉਹ ਨਸ਼ਿਆਂ ਦੇ ਕਰਕੇ ਵੀ ਸਾਡੇ ਬੱਚੇ ਬਚ ਜਾਣ। ਜੇ ਬੱਚੇ ਸਾਡੇ ਬਚਣਗੇ ਇਹਦੀ ਸਾਡਾ ਬੁਢੇਪੇ ਦਾ ਫਾਇਦਾ ਹੈ। ਇਸ ਨੂੰ ਪਤਾ ਵੀ ਬੱਚੇ ਅੱਜ ਕੱਲ੍ਹ ਕਈਆਂ ਨੇ ਤਾਂ ਇਹ ਵੀ ਆਪਦੇ ਘਰ ਗਾਲ ਤੇ ਮਾਂ ਪਿਓ ਨੂੰ ਕੁੱਟ ਕੁੱਟ ਕੇ ਪੈਸੇ ਲਿਜਾਂਦੇ ਆ। ਅਸੀਂ ਐਂ ਨਹੀਂ ਵੀ ਜੇ ਬੱਚੇ ਬਚ ਜਾਣ ਸਾਡਾ ਵੀ ਬੁਢੇਪਾ ਥੋੜ੍ਹਾ ਸੁੱਖ ਟੱਪ ਜੇ। ਹਾਂ, ਪੰਚਾਇਤ ਸਾਡੇ ਨਾਲ ਹੈ ਸਾਰਾ, ਅਸੀਂ ਵਧੀਆ ਪ੍ਰੋਗਰਾਮ ਚੱਲਦਾ ਸਾਡਾ। ਹੁਣ ਤੱਕ ਕਿੰਨਾ ਕੁ ਨਤੀਜਾ ਸਾਹਮਣੇ ਆ ਗਿਆ ਜੀ? ਨਤੀਜਾ ਜੀ ਸਾਡੇ ਇੱਥੇ ਭਾਰਤ 90% ਨਤੀਜਾ ਸਾਡੇ ਠੀਕ ਹੈ। ਸਾਡਾ ਪਹਿਲਾ ਹੀ ਪਿੰਡ ਹੈ ਪੰਜਾਬ 'ਚੋਂ, ਸਾਰੇ ਪੰਜਾਬ 'ਚ ਪਹਿਲਾ ਕੋਟ ਸ਼ਮੀਰ ਪਿੰਡ ਹੈ ਜਿਹਨੇ ਨਾਕੇ ਤੋਂ ਸ਼ੁਰੂ ਕੀਤਾ। ਸ਼ੁਰੂਆਤ ਸਾਡੇ ਪਿੰਡ ਨੇ ਕਰੀ ਹੈ, ਉਸ ਤੋਂ ਬਾਅਦ ਦੂਜੇ ਪਿੰਡਾਂ 'ਚ ਲੱਗਣ ਲੱਗੀ ਹੈ। ਇਹ ਸਾਰੇ ਪੰਜਾਬ 'ਚ ਵੀ, ਇੰਡੀਆ 'ਤੇ ਕਿ ਬਾਹਰਲੇ ਮੁਲਕਾਂ 'ਤੇ ਵੀ ਸਾਡੇ ਨਾ ਪਿੰਡ ਦਾ ਨਾਂ ਚਲਿਆ ਗਿਆ। ਹਾਂਜੀ, ਅਸੀਂ ਇਹਨੇ ਜੀ ਹੁਣ ਪਿੰਡ ਅਸੀਂ ਬਰਸਤ ਖੜ੍ਹਦੇ ਆਉਂਦੇ, ਅਸੀਂ ਕਹਿੰਦੇ ਉਹਨਾਂ ਨੂੰ ਵੀ ਭਾਈ ਸਾਡੇ ਵਾਂਗੂ ਤੁਸੀਂ ਵੀ ਤਿਆਰ ਹੋ ਮਾੜਾ ਜਿਹਾ ਬੱਚੇ ਬਚਾਉਣੇ ਆ ਤਾਂ। ਹਾਂਜੀ, ਜਿਹੋ ਜਿਹਾ ਕੋਈ ਉਹਨਾਂ ਦੇ ਹੋਇਆ ਉਹ ਤਾਂ ਸੋਗ ਤਾਂ ਪਿੰਡ ਦੇ ਹੁੰਦੇ, ਜੇ ਮਾੜਾ ਮੋਟਾ ਉਹੋ ਜਿਹਾ ਮੰਗਣਗੇ ਸਾਡੇ ਲਾਇਕ ਕੋਈ ਹੋਇਆ ਉਹੋ ਜਿਹਾ ਕਰਾਂਗੇ ਅਸੀਂ। ਕੀ ਇਹਦਾ ਮਕਸਦ? ਇਹ ਨਸ਼ਾ ਮੁਹਿੰਮ ਹੈ ਜੀ, ਨਸ਼ੇ ਦੇ ਵਿਰੋਧ 'ਤੇ ਬੈਠੇ ਅਸੀਂ, ਨਸ਼ਾ ਦੇ ਰੋਕਣ ਵਾਸਤੇ ਜ਼ੋਰ ਲਾ ਰਹੇ ਹਾਂ, ਯਤਨ ਕਰ ਰਹੇ ਹਾਂ। ਸਾਡੇ ਨੌਜਵਾਨ ਪੀੜ੍ਹੀ ਸਾਰੀ ਜੁੜੀ ਹੋਈ ਹੈ, ਸਾਡੇ ਬਜ਼ੁਰਗ ਵੀ ਜੁੜੇ ਹੋਏ ਨੇ, ਮੇਰੇ ਪਿੰਡ ਦੀ ਕਮੇਟੀ ਵੀ ਜੁੜੀ ਹੋਈ ਹੈ ਸਾਡੇ ਨਾਲ, ਪ੍ਰਸ਼ਾਸਨ ਦਾ ਵੀ ਪੂਰਾ ਜ਼ੋਰ ਨਾਲ ਜ਼ੋਰ ਲੱਗਿਆ ਹੋਇਆ, ਪੂਰਾ ਜੱਜ ਕੇ ਜ਼ੋਰ ਲਾ ਰਹੇ ਹਾਂ। ਕਿੰਨੇ ਸਮੇਂ ਤੋਂ ਤੁਸੀਂ ਹੁਣ ਜਿਹੜਾ ਕਿੰਨੇ ਦਿਨ ਹੋ ਗਏ ਲਗਭਗ? ਮੈਨੂੰ 30-35 ਦਿਨ ਹੋ ਗਏ ਜੀ। ਅਤੇ ਹੁਣ ਤੱਕ ਤੁਸੀਂ ਕਿੰਨੇ ਜਿਹੜੇ ਦਫ਼ਤਰ ਉਹਨਾਂ ਨੂੰ ਫੜ ਚੁੱਕੇ ਹੋ? ਬਸ ਜਿੰਨੇ ਕਾਗਜ਼ਾਂ ਫੜੀ ਜਾਂਦੇ ਹਾਂ ਜੀ। ਲਿਸਟ ਤਾਂ ਬਣਾਈ ਨਹੀਂ? ਲਿਸਟ ਤਾਂ ਕੋਈ ਬਣਾਈ ਨਹੀਂ, ਨਾ ਕੋਈ ਗਿਣਤੀ ਆ। ਬਸ ਜਿੰਨੇ ਕਾਗਜ਼ ਜਾਂਦੇ ਹਰੇਕ ਨਾਕੇ ਦੀ ਫੜ ਜਾਂਦਾ ਕੋਈ ਨਾ ਕੋਈ। ਪੂਰੇ ਪਿੰਡ ਦੇ ਵਿੱਚ ਕਿੰਨੇ ਜਿਹੜੇ ਨਾਕੇ ਲੱਗੇ ਹੋਏ ਨੇ? ਸਾਡੇ ਉਹ ਤਾਂ 13 ਨਾਕੇ ਆ ਜੀ। ਅਤੇ ਪ੍ਰਸ਼ਾਸਨ ਦੇ ਵਿੱਚ ਤੁਹਾਡਾ ਸਾਥ ਪੂਰਾ ਠੋਕ ਕੇ ਸਹਿਯੋਗ ਰਿਹਾ ਜੀ ਜੱਜ ਕੇ? ਤੁਹਾਨੂੰ ਕੀ ਲੱਗਦਾ ਜੇ ਲਗਾਤਾਰ ਇਸ ਤਰ੍ਹਾਂ ਜਿਹੜੇ ਨਾਕੇ ਚੱਲਦੇ ਰਹੇ ਪੰਜਾਬ ਨੂੰ ਕਿੰਨੀ ਕੁ ਠੱਲ ਪਾਉਣਗੇ? ਬਹੁਤ ਠੱਲ ਹੈ ਬਾਈ ਜੀ। ਅਤੇ ਇਹ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਸਾਡਾ ਜਿਹੜਾ ਕੰਮ ਧੰਦੇ ਵਾਲਾ ਸੀਜ਼ਨ ਆ ਜੋ ਲੋਕ ਖਿੜ ਜਾਣਗੇ ਇਸ ਤਰ੍ਹਾਂ? ਨਹੀਂ 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 ਖੜਦੇ ਨਹੀਂ ਜੀ, ਸਾਡੇ ਨਹੀਂ ਖੜਦੇ ਜੀ। ਠੀਕ ਹੈ। ਅਤੇ ਹੁਣ ਆਉਣ ਵਾਲੇ ਪੰਜਾਬ ਨੂੰ ਤੁਸੀਂ ਕਿੱਥੇ ਦੇਖਦੇ ਹੋ ਜੀ ਇਸ ਤਰ੍ਹਾਂ? ਜੇ ਇਸ ਰੋਡ ਚੱਲੀ ਗਿਆ ਜੀ, ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਮਿਲਣੇ ਨਹੀਂ ਪੰਜਾਬ ਅੰਦਰ। ਜੇ ਇਸ ਰੋਡ ਸਾਡੇ ਜਿਵੇਂ ਸਾਡੇ ਪਿੰਡ ਦੇ ਵਿੱਚ ਚੱਲਦਾ, ਸਾਰੇ ਪਿੰਡਾਂ ਦੇ ਸਹਿਯੋਗ ਇਸ ਰੋਡ ਦੇਣ ਅਤੇ ਕਿਤੇ ਨਸ਼ਾ ਭਾਲੇ ਨਹੀਂ ਥੋੜ੍ਹਾ, ਕੋਈ ਪੁੱਛਿਆ ਕਰਨਗੇ ਨਸ਼ਾ ਕੀ ਸੀ ਜੀ? ਜੇ ਤੁਸੀਂ ਕਿਸੇ ਅਕਸਰ ਆ ਗਏ ਹੋ ਤੇ ਤੁਸੀਂ ਕੁੱਟਮਾਰ ਵੀ ਕਰ ਦਿੰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਕੋਈ ਧਮਕੀ ਜਾਂ ਉਸ ਤਰ੍ਹਾਂ ਦੀ ਕੋਈ? ਉਹ ਧਮਕੀਆਂ ਦਿੰਦੇ ਰਹਿੰਦੇ ਹੁੰਦੇ ਜੀ, ਮਾੜੇ ਮੋਟੇ ਧਮਕੇ ਉਹ ਕੀ ਕਰੂਗੀ? ਉਹ ਮੈਂ ਕਹਿ ਰਿਹਾ ਉਹ ਤਾਂ ਨਸ਼ੇ ਦੇ ਰੋਹ 'ਚ ਕਹਿ ਜਾਂਦੇ ਆ ਵੀ ਤੁਹਾਨੂੰ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਮੁੜ ਕੇ ਕੋਈ ਨਹੀਂ ਆਉਂਦਾ।